ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਚੋਣ ਮੀਟਿੰਗ 'ਚ ਹਿੱਸਾ ਲੈਣਾ ਸੀ, ਜਿਸ ਦੇ ਚਲਦੇ ਉਮੀਦਵਾਰ ਦੇ ਵਿਰੋਧ ਕਰਨ ਲਈ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋ ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਪਹੁੰਚੇ। ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਲੇਕਿਨ ਪੁਲਿਸ ਵੱਲੋਂ ਜਦ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਕਿਸਾਨ ਪੁਲਿਸ ਨਾਕੇ 'ਤੇ ਰੋਕਾਂ ਤੋਂ ਟੱਪ ਕੇ ਭਾਜਪਾ ਦੀ ਮੀਟਿੰਗ ਵਾਲੀ ਥਾਂ 'ਤੇ ਘੇਰਾ ਪਾ ਲਿਆ। ਉੱਥੇ ਹੀ ਇਸ ਵਿਚਾਲੇ ਕਿਸਾਨਾਂ ਦਾ ਪੁਲਿਸ ਨਾਲ ਵੀ ਮਾਮੂਲੀ ਟਕਰਾਅ ਹੋਇਆ। ਉੱਥੇ ਹੀ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅਤੇ ਉਹਨਾਂ ਨਾਲ ਭਾਜਪਾ ਨੇਤਾ ਫਤਿਹ ਜੰਗ ਸਿੰਘ ਬਾਜਵਾ ਵੀ ਮੀਟਿੰਗ ਵਿੱਚ ਸ਼ਾਮਲ ਸਨ ਅਤੇ ਜਿੱਥੇ ਮੀਟਿੰਗ ਹੋ ਰਹੀ ਸੀ ਉਸ ਹਾਲ ਦੇ ਬਾਹਰ ਕਿਸਾਨਾਂ ਵੱਲੋਂ ਜੰਮ ਕੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਕਿਸਾਨਾਂ ਨੇ ਘੇਰਿਆ ਅਤੇ ਕਿਸਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਭਾਜਪਾ ਉਮੀਦਵਾਰ ਨੂੰ ਕਈ ਸਵਾਲ ਪੁੱਛੇ ਅਤੇ ਭਾਜਪਾ ਉਮੀਦਵਾਰ ਕਈ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਈ ਦੇ ਜਵਾਬ ਦਿੱਤੇ ਬਿਨਾਂ ਉੱਥੋਂ ਚਲੇ ਗਏ। ਉੱਥੇ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ 'ਤੇ ਪੁਲਿਸ ਨੇ ਲਾਠੀਚਾਰਜ ਵੀ ਕੀਤੀ ਹੈ, ਉਹ ਤਾਂ ਸ਼ਾਂਤਮਈ ਢੰਗ ਨਾਲ ਰੋਸ ਜ਼ਾਹਿਰ ਕਰਨ ਲਈ ਅਤੇ ਉਮੀਦਵਾਰ ਤੋਂ ਸਵਾਲ ਪੁੱਛਣ ਆਏ ਸਨ। ਹੁਣ ਚੋਣਾਂ ਹਨ ਅਤੇ ਚੋਣਾਂ ਤੋਂ ਬਾਅਦ ਇਹਨਾਂ ਕਿਸਾਨਾਂ ਦੀ ਹਰ ਮੰਗ ਦਾ ਹੱਲ ਵੀ ਹੋਵੇਗਾ। GBC ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਹੁਣ ਵੀ ਬਾਰੇ ਹੋਈ ਗਿਆ ਤੁਹਾਡੇ ਮਸਲੇ BJP ਨਾਲ ਹੱਲ ਕਰਨਾ, ਕਿਸੇ ਹੋਰ ਨਾਲ ਨਹੀਂ ਕਰਨਾ। ਬਾਕੀ ਪਾਰਟੀਆਂ ਨਾਲ ਇਹਨਾਂ ਨੂੰ ਸਿਰਫ ਮਤਲਬ ਵਰਤਣਾ ਹੈ, ਔਰ ਅਸੀਂ ਕਿਸਾਨਾਂ ਦੇ ਨਾਲ ਹੈ, ਆਪਾਂ ਹਮੇਸ਼ਾ ਨਾਲ ਹਾਂ। ਮੈਂ ਵੀ ਕਿਸਾਨ, ਆਪਣਾ ਇਹੋ ਹੀ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਤਾਂ ਹੱਲ ਕਰਨੇ, ਕੋਈ ਨਾ ਕੋਈ ਸਰਕਾਰ ਨਾਲ ਅਸੀਂ ਵੀ ਗੱਲ ਕਰਨੇ ਆ। ਦੇਖੋ ਫੋਨ 'ਤੇ ਇਲੈਕਸ਼ਨ ਬੋਰਡ ਲੱਗੇਦਾ, ਫੋਨ 'ਤੇ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ, ਇਸ ਲਈ ਤਾਂ ਹੱਲ ਹੋਣਾ ਨਹੀਂ ਕਰਕੇ। ਚੁਣਾਵ ਦੇ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ, ਠੀਕ ਹੈ। ਤੁਹਾਡੀ ਪਾਰਟੀ BJP ਵੱਲੋਂ ਲਖੀਮਪੁਰ ਖੀਰੀ 'ਚ 4 ਕਿਸਾਨ ਸ਼ਹੀਦ ਕਰਨੇ, 1 ਪੱਤਰਕਾਰ ਸ਼ਹੀਦ ਕਰਨਾ, ਔਰ ਦਿੱਲੀ ਦੇ ਵਿੱਚ ਨਵਨੀਤ ਨੂੰ ਸ਼ਹੀਦ ਕਰਨਾ, ਔਰ ਸ਼ੁਭਕਰਨ ਨੂੰ ਹੁਣ ਸ਼ਹੀਦ ਕਰਨਾ, ਇਹ ਜਾਇਜ਼ ਆ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨੇ, ਔਰ ਉੱਥੇ ਰੋਕਣੇ ਰਸਤੇ, ਇਹ ਜਾਇਜ਼ ਆ ਕਿ ਨਹੀਂ, ਇਹਦਾ ਜਵਾਬ ਦੇ ਦਿਓ। ਬਸ ਇੱਕ ਮਿੰਟ ਜਵਾਬ ਲੈ ਲਓ, ਬਹੁਤ ਹੀ ਸਤਿਕਾਰਯੋਗ ਸਾਡੇ ਵੀ ਸਾਡੇ ਸਾਥੀ, ਪਹਿਲੀ ਗੱਲ ਤੇ ਸਾਡਾ ਇੱਥੇ ਆਏ ਤੇ ਜੀ ਆਇਆ, ਹਰ ਪਾਰਟੀ ਦਾ ਆਪਣਾ ਪ੍ਰੋਗਰਾਮ ਹੈ, ਵੋਟਾਂ ਪੈਣੀਆਂ, ਵੋਟਾਂ ਮੰਗਣੀਆਂ, ਤੁਸੀਂ ਤੁਹਾਡਾ ਵੀ ਹੱਕ ਹੈ, ਜਿਹੜੇ ਸਵਾਲ ਤੁਸੀਂ ਕਰਦੇ ਹੋ ਉਹਦਾ ਜਵਾਬ ਅਸੀਂ ਦੇਣਾ। ਮੇਰੇ ਲਾਡੀ ਨੇ ਗੱਲ ਕੀਤੀ ਲਖੀਮਪੁਰ ਖੇਰੀ ਵਾਲੀ, ਜਾਂ ਜਿਹੜੇ ਵੀ ਸ਼ਹੀਦ ਹੋਏ ਨੇ, ਪਹਿਲੀ ਗੱਲ ਤਾਂ ਜਿਹੜਾ ਜਦੋਂ ਇਸ ਕਿਸਮ ਦਾ ਕੋਈ ਭਾਣਾ ਵਾਪਰਦਾ ਹੈ ਤਾਂ ਉਹ ਕਚਹਿਰੀਆਂ ਦਾ ਹੱਲ ਹੋ ਜਾਂਦਾ, ਉਹਦੇ ਵਿੱਚ ਨਾ ਕਿ ਪਾਰਟੀ ਨੇ ਕਰਨਾ। ਸਾਨੂੰ ਵੀ ਉਹਨਾਂ ਠੋਕਿਆ ਸੀ ਵੀ ਤੁਹਾਡੇ ਨਾਲ, ਜਿੱਥੇ ਕੋਈ ਧੱਕਾ ਹੁੰਦਾ, ਜਿੱਥੇ ਲੋਕਾਂ ਦਾ ਰੋਸ ਹੈ, ਨਾ ਤੁਹਾਡਾ ਤੁਹਾਡੇ ਨਾਲ ਮੈਂ ਉਸ ਚੀਜ਼ 'ਤੇ ਸਹਿਮਤ ਹਾਂ। ਨੰਬਰ 2 ਭਾਜੀ ਜਿਹੜੀ ਗੱਲ, ਜਿਹੜੀ ਗੱਲ ਆਪਾਂ ਹਾਂ, ਜਿਹੜੀ ਗੱਲ ਮਨਾਉਣੀ ਹੈ ਜਾਂ ਜਿਹੜੀ ਗੱਲ ਆਪਾਂ ਨੂੰ ਇਹ ਹੈ ਵੀ ਜਿਹੜੇ 3 ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਗਰੰਟੀ ਉਹਨਾਂ ਦੀ ਸੀ ਵੀ ਅਸੀਂ ਇਹਦੇ 'ਤੇ MSP ਲਾਂਗੇ, ਬਿਲਕੁਲ ਉਹ ਗੱਲ ਉੱਥੇ ਦੀ ਉੱਥੇ ਰੁਕੀ ਰਹਿ ਗਈ। ਤੁਹਾਡਾ ਇਹੀ ਹੈ ਵੀ ਉਹ ਇੰਪਲੀਮੈਂਟ ਕਿਉਂ ਨਹੀਂ ਹੋਈ, ਉਹ ਹੋਣੀ ਚਾਹੀਦੀ, ਰਿਲੇਟਡ ਸਪਿਰਿਟਸ ਕਿਉਂ ਨਹੀਂ ਆਈ। ਬਿਲਕੁਲ, ਇੱਕ ਸੈਕਿੰਡ ਭਾਈ ਸਾਹਿਬ, ਬਿਲਕੁਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ। ਸਰਕਾਰ ਜੋ ਵੀ ਕਹਿ ਉਹ ਹਾਈ ਸਪਿਰਿਟ ਦੇ ਵਿੱਚ ਇੰਪਲੀਮੈਂਟ ਹੋਣੀ ਚਾਹੀਦੀ ਹੈ। ਜਿਹੜੀ ਚੀਜ਼ ਆਪਣਾ
ਰੋਸ ਪ੍ਰਗਟ ਕਰਨ ਲਈ ਦਿੱਲੀ ਜਾਣ ਦੀ ਸੀ। ਬਦਕਿਸਮਤੀ ਦੀ ਗੱਲ ਹੈ, ਸਰਕਾਰਾਂ ਦਾ ਰੋਲ ਪੁਲਿਸ ਨੇ ਆਪਣਾ ਰੋਲ ਅਦਾ ਕਰਨਾ, ਪਰ ਉਹਦੇ ਵਿੱਚ ਨੁਕਸਾਨ ਅਲਟੀਮੇਟਲੀ ਕਿੱਦਾਂ ਹੋਇਆ ਪੰਜਾਬੀਆਂ ਦਾ ਹੋਇਆ ਤੇ ਦੁੱਖ ਬੜਾ। ਪਰ ਕਈ ਵਾਰ ਕੀ ਹੁੰਦਾ ਵੀ ਕੁਝ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਦੇਸ਼ ਤੇ ਬਹਿ ਕੇ ਤੁਹਾਡੇ ਵਰਗੇ ਜਿਹੜੇ ਯੂਨੀਅਨਿਸਟ ਲੀਡਰਸ ਨੇ ਉਹਨਾਂ ਦਾ ਪੋਲੀਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬੈਠ ਕੇ ਕੰਮ ਖਤਮ ਹੁੰਦਾ। ਅਸੀਂ ਤੁਹਾਨੂੰ ਯਕੀਨ ਦਵਾਉਂਦੇ ਹਾਂ, ਵੇਖੋ ਇਹ ਇਲੈਕਸ਼ਨ ਤਾਂ ਓਵਰ ਹੋ ਜਾਣੀ, ਹੋਰ ਮਹੀਨੇ ਇਹ ਤੋਂ ਬਾਅਦ ਅੱਗੇ ਵੀ ਇਲੈਕਸ਼ਨਾਂ ਆਉਣਗੀਆਂ, ਸਾਨੂੰ ਇਸ ਚੀਜ਼ ਦਾ ਨਿਬੇੜਾ ਕਰਨਾ ਹੀ ਪੈਣਾ। ਤੇ ਜਿਹੜਾ ਹੁਣ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦੀ ਜਿੰਨੀ ਕਿਸਾਨੀ ਯੂਨੀਅਨ ਦੇ ਲੀਡਰਸ਼ਿਪ ਹੈ ਸਾਰੇ ਸਿਆਣੇ ਹੈ, ਆਪਾਂ ਇਹ ਗੱਲ ਭੁੱਲੀਏ ਵੀ ਆਪਾਂ ਕਿਹੜੀ ਪਾਰਟੀ ਦੇ ਹੈ ਤੇ ਆਪਾਂ ਇੱਕ ਹੀ ਹਾਂ, ਤੇ ਆਪਾਂ ਇੱਕ ਦੂਜੇ ਨਾਲ ਮਿਲ ਕੇ ਜਿਹੜੀ ਚੀਜ਼ ਤੁਹਾਡੀ ਜਾਇਜ਼ ਹੈ ਉਹ ਤੇ ਅਸੀਂ ਵੀ ਤੁਹਾਡੇ ਨਾਲ ਖੜੀ ਹੈ ਵੀ ਆਹ ਚੀਜ਼ ਜਾਇਜ਼ ਹੈ ਤਾਂ ਆਪਾਂ ਇਹਦਾ ਹੱਲ ਕਰੀਏ ਤੇ ਹਰ ਚੀਜ਼ ਦਾ ਹੱਲ ਨਿਕਲੂਗਾ, ਇਹ ਤੁਹਾਨੂੰ ਯਕੀਨ ਦਵਾਉਂਦੇ ਹਾਂ। ਜਿਹੜੀ ਇਹ ਨਹੀਂ ਇਲੈਕਸ਼ਨ, ਇਹ ਇਲੈਕਸ਼ਨ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਮਿਲਣਾ ਨਹੀਂ, ਆਪਾਂ ਸਤਿਕਾਰ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰਨਾ। ਮੇਰੀ ਗੁਜ਼ਾਰਿਸ਼ ਇਹ ਹੀ ਹੈ ਵੀ ਆਪਾਂ ਸਾਰੇ ਭਰਾ ਤੁਹਾਡਾ ਇੱਥੇ ਆਇਆ ਤੇ ਜੀ ਆਇਆ ਨੂੰ ਤੁਹਾਡਾ ਹੱਕ ਬਣਦਾ, ਤੁਹਾਡਾ ਰਾਈਟ ਹੈ। ਅਸੀਂ ਤੁਹਾਨੂੰ ਜਵਾਬ ਦੇ ਵੀ ਆਏ ਜਿੱਥੇ ਅਸੀਂ ਵੋਟਾਂ ਲੈਣੀਆਂ, ਸਾਰੀ ਪਾਰਟੀ ਵਾਲਿਆਂ ਲੈਣੀਆਂ, ਸਾਰਿਆਂ ਕੋਲ ਇੱਕ ਵਾਰ ਜਵਾਬ ਪੁੱਛੋ, ਸਾਰੇ ਗੋਲ ਮੋਲ ਦੀਆਂ ਗੱਲਾਂ ਕਰਦੇ ਹੁੰਦੇ। ਜਨਾਬ ਕੀ ਸ਼ਬਦ ਨੂੰ ਗੋਲੀ ਮਾਰਨੀ ਜਾਇਜ਼ ਸੀ ਵੀ ਉਹਦੇ ਤੇ ਤੁਸੀਂ ਕੀ ਤੁਹਾਡਾ ਕੀ ਹੈ ਜੀ? ਦੇਖੋ ਮੈਂ ਜਵਾਬ ਦਿਓ ਜੀ, ਸਾਡੀ ਜਿਹੜੀ ਚੀਜ਼ ਨਾ ਮੇਰੇ ਹੱਕ 'ਚ ਹੈ ਨਾ ਸਾਡੇ ਕਹਿਣ ਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕੀਤਾ, ਇਹ ਤੇ ਸਰਕਾਰ ਤੇ ਪੁਲਿਸ ਦਾ ਕੰਮ ਹੈ। ਉਹਦੇ ਵਿੱਚ ਯਾਰ ਹੁਣ ਇਦਾਂ ਨਾ ਫਿਰ ਕਰੀ ਜਾਈਏ ਬੜਾ ਨਾ ਮਾਰੇ ਜਿਹੜਾ ਕਾਨੂੰਨੀ ਚੀਜ਼ ਆ ਉਹਦੇ ਵਿੱਚ ਮੈਂ ਨਹੀਂ ਜਵਾਬ ਦੇ ਸਕਦਾ। ਜਨਾਬ ਗੋਲੀ ਮਾਰਨ ਦਾ ਆਰਡਰ ਕਿਹਨੇ ਦਿੱਤਾ ਜੀ? ਉਹ ਇੱਕ ਮਿੰਟ ਗੱਲ ਇਹ ਆ ਵੀ ਜਵਾਬ ਆਪਾਂ ਤੁਹਾਡੇ ਜਵਾਬਾਂ ਤੋਂ ਭੱਜ ਕੇ ਜਾਨ ਨਹੀਂ ਬਚਾ ਸਕਦੇ। ਅਸੀਂ ਜਿੱਥੇ ਗੱਲ ਹੋਏਗੀ ਕਿਸਾਨੀ ਦੇ ਹੱਕ ਦੀ ਤੁਹਾਡੇ ਨਾਲ ਕਰਾਂਗੇ, ਇਸ ਗੱਲ ਤੇ ਯਕੀਨ ਹੋਣਾ ਚਾਹੀਦਾ। ਉਹਨਾਂ ਦੇ ਹੱਕ ਦੀ ਆਵਾਜ਼ ਤੇ ਚਟਾ ਦੋ ਜਿਹੜੇ ਹੁਣ ਫੜ ਕੇ ਅੰਦਰ ਜਨਾਬ ਸ਼ੁਭ ਗੰਨ ਸ਼ਹੀਦ ਕੀਤਾ ਵਾ, ਜਵਾਬ ਦਿੰਦੇ ਜਵਾਬ ਦਿਓ ਜਵਾਬ ਦਿਓ ਜੀ, ਜਿਹੜਾ ਸ਼ੁਭ ਗੰਨ ਸ਼ਹੀਦ ਕੀਤਾ ਉਹਦਾ ਕੀ ਜਵਾਬ ਹੈ ਜੀ? ਉਹਦੇ ਤੇ ਕੀ ਜਨਾਬ ਜਵਾਬ ਦਿਓ ਜੀ, ਸ਼ੁਭ ਗੰਨ ਨੂੰ ਸਾਫ਼ ਕਰਨ ਦਿਓਗੇ ਜੀ? ਮੁਲਾਜ਼ਮ ਵਿਰੋਧੀ ਆ, ਮਜ਼ਦੂਰ ਵਿਰੋਧੀ ਆ, ਉਹਦੇ ਲਈ ਮੋਰਚਾ ਲੱਗਾ ਸੀ ਜਿਹਦੇ ਵਿੱਚ 700 ਬੰਦਾ ਸਾਡਾ ਸ਼ਹੀਦ ਹੋਇਆ, 737 ਵੱਖ ਵੱਖ ਸਟੇਟਾਂ ਦੇ ਜਿਹੜੇ ਬੰਦੇ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਜਿਹੜੇ ਕਿਸਾਨਾਂ ਦੇ ਉੱਪਰ ਕੇਸ ਬਣੇ ਉਹ ਸਾਰੇ ਵਾਪਸ ਲੈ ਜਾਣਗੇ। ਬਾਜਵਾ ਜੀ ਅੱਜ ਤੱਕ ਵੀ ਉਹ ਕੇਸ ਪੈਂਡਿੰਗ ਪਏ ਆ, ਵਾਪਸ ਨਹੀਂ। ਸਾਡੀ ਬੇਨਤੀ ਆ
ਤੁਸੀਂ ਉਸ ਅਦਾਰੇ ਦੇ ਮੈਂਬਰ ਬਣਨਾ ਵਾ ਜਿੱਥੇ ਦੇਸ਼ ਦੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੋਣੇ ਆ, ਦੇਸ਼ ਦੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੋਣੇ ਆ ਕਿ ਦੇਸ਼ ਦੇ ਕਿਸਾਨ ਨੂੰ ਕੀ ਚਾਹੀਦਾ, ਮਜ਼ਦੂਰ ਨੂੰ ਕੀ ਚਾਹੀਦਾ, ਦੁਕਾਨਦਾਰ ਨੂੰ ਕੀ ਚਾਹੀਦਾ, ਮੁਲਾਜ਼ਮ ਨੂੰ ਕੀ ਚਾਹੀਦਾ, ਉੱਥੇ ਇਹ ਸਾਰੇ ਫੈਸਲੇ ਹੋਣੇ ਆ। ਇਸ ਕਰਕੇ ਸਾਡੀ ਤੁਹਾਨੂੰ ਨਿਮਰਤਾ ਸੱਚ ਬੇਨਤੀ ਆ, ਤੁਸੀਂ ਜਾਓ ਤੇ ਲੋਕਾਂ ਦੇ ਹੱਕ ਦੀ ਗੱਲ ਕਰੋ। ਅਗਲੀ ਗੱਲ ਇੱਕੋ ਗੱਲ ਕਰਕੇ ਬਾਕੀ ਮੇਰੇ ਸਾਥੀ ਕਰਨਗੇ। ਹਿੰਦੁਸਤਾਨ ਦੇ ਅਡਾਨੀਆਂ ਬਾਨੀਆਂ ਦੇ ਅਰਬਾਂ ਤੇ ਖਰਬਾਂ ਰੁਪਈਏ ਮੋਦੀ ਨੇ ਮਾਫ ਕਰਕੇ, ਮੋਦੀ ਦਾ ਨਾਰਾ ਸੀ ਸਭ ਦਾ ਸਾਥ ਸਭ ਦਾ ਵਿਕਾਸ। ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਵਿਕਾਸ ਹਿੰਦੁਸਤਾਨ ਦੇ ਅਡਾਨੀਆਂ ਤੇ ਬਾਨੀਆਂ ਦਾ ਹੋ ਗਿਆ। ਹਿੰਦੁਸਤਾਨ ਦੀ ਮਤਲਬ 1% ਆਬਾਦੀ ਕੋਲੋਂ ਬਾਜਵਾਦੀ, 40% ਹਿੰਦੁਸਤਾਨ ਦਾ ਸਰਮਾਇਆ ਉਹਨਾਂ ਦੇ ਕੋਲ ਹੈ, 40% ਅਡਾਨੀਆਂ ਬਾਨੀਆਂ ਦੇ ਕੋਲ। ਇਹ ਜਿਹੜਾ ਆਰਥਿਕ ਮਤਵਾਦਾ ਵਾ, ਇਸ ਕਰਕੇ ਅਸੀਂ 1% ਲੋਕਾਂ ਕੋਲ, ਦੇਸ਼ ਦਾ 40% ਸਰਮਾਇਆ ਵਾ ਅਡਾਨੀਆਂ ਬਾਨੀਆਂ ਕੋਲ। ਜੇ ਅਸੀਂ ਇਹ ਗੱਲ ਕਹਿੰਦੇ ਹਾਂ ਉਹਨਾਂ ਦਾ ਅਰਬਾਂ ਦੇ ਖਰਬਾਂ ਰੁਪਈਆ ਤੁਸੀਂ ਮਾਫ ਕਰ ਦਿੱਤਾ, ਕਿਸਾਨ ਦੇਸ਼ ਦਾ ਜਿਹੜਾ ਅੰਨਦਾਤਾ ਵਾ, ਮੋਦੀ ਵੀ ਕਿਸਾਨ ਦਾ ਪੈਦਾ ਕੀਤਾ ਹੋਇਆ ਖਾਂਦਾ ਸਵੇਰੇ ਉੱਠ ਕੇ, ਤੁਸੀਂ ਵੀ ਬਾਜਵਾ ਜੀ ਖਾਂਦੇ ਹੋ, ਬਾਬੂ ਜੀ ਤੁਸੀਂ ਵੀ ਖਾਂਦੇ ਹੋ, ਪਰ ਜਿਹੜਾ ਕਿਸਾਨ ਅੱਜ ਦੇਸ਼ ਦਾ ਅੰਨਦਾਤਾ ਹੋਵੇ ਉਹ ਸੜਕਾਂ ਦੇ ਰੁਲਦਾ ਫਿਰੇ, ਉਹਨੂੰ ਕੋਈ ਪੁੱਛੇ ਨਾ ਦਿੱਲੀ ਸਾਡਾ ਨਹੀਂ, ਅਸੀਂ ਦੇਸ਼ ਦੇ ਵਸਨੀਕ ਹੈ, ਸਾਨੂੰ ਦਿੱਲੀ ਜਾਣ ਦੀ ਆਗਿਆ ਨਾ ਹੋਵੇ, ਇਦੋਂ ਵੱਡਾ ਸਾਡੇ ਨਾਲ ਕੋਈ ਬੇਇਨਸਾਫੀ ਨਹੀਂ ਹੋ ਸਕਦੀ। ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਲਾਡੀ ਤੁਹਾਡੇ ਨਾਲ ਰਾਈਡ ਹੈ ਕਿ ਚੁਣਾਵ ਲੜਨਾ, ਤੁਸੀਂ ਜਿਹੜੇ ਜਿਹੜੇ ਤੁਹਾਡੀ ਮੰਜ਼ਿਲ ਦੱਸੋ ਆਪਾਂ ਪੂਰਾ ਸਾਥ ਤੁਹਾਨੂੰ ਦਿਆਂਗੇ, ਪੂਰਾ ਤੁਹਾਡਾ ਸਾਥ ਦਿਆਂਗੇ, ਜਿੱਦਾਂ ਵੀ ਕਹੋਗੇ ਤੁਹਾਡੀ ਆਵਾਜ਼ ਵੀ ਚੁੱਕਾਂਗੇ, ਪਰ ਕੁਛ ਮੰਗਾਂ ਤੁਹਾਡੀਆਂ ਅਸੀਂ ਮੰਨੋ ਤਿਆਰ ਜਿਹਨੂੰ ਸਮੇਂ ਵਿੱਚ ਵੀ ਹੈ ਤੇ ਉਹ ਵੀ ਆਪਾਂ। ਦਿਨੇਸ਼ ਬਾਬੂ ਜੀ ਪਹਿਲੀ ਗੱਲ ਸਤਿ ਸ੍ਰੀ ਅਕਾਲ, ਬੇਨਤੀ ਆ ਕਿ ਅਸੀਂ ਇੱਥੇ ਰਹਿਣਾ ਆਵੋ ਤੁਸੀਂ, ਇੱਥੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ, ਬਿਲਕੁਲ ਸਾਰੇ ਤੁਹਾਡੇ ਵੋਟਰ ਹੀ ਆਏ ਆ, ਵੀ ਤੁਸੀਂ ਵੋਟ ਲੈਣ ਆਏ ਹੋ, ਪਰ ਇਹ ਜਿਹੜੀ ਵੋਟ ਆ ਇਹਨਾਂ ਵਿੱਚ ਕੋਈ ਮਤਲਬ ਮੰਗਾ ਮਸਲੇ ਆ ਉਹ ਤੁਹਾਨੂੰ ਦੱਸਣ ਆਏ ਆ, ਪਰ ਅੱਜ ਇਹਨਾਂ ਦੀ ਜਿਹੜੀ ਦੁਰਦਸ਼ਾ ਪ੍ਰਸ਼ਾਸਨ ਨੇ ਕੀਤੀ ਆ ਇਹ ਅਸੀਂ ਮਤਲਬ ਮਹਿਸੂਸ ਕਰਦੇ ਹਾਂ ਕਿ ਮਾੜੀ ਗੱਲ ਆ, ਗੱਲ ਹੋਈ ਆ ਉਸ ਗੱਲ ਦੀ ਮਾਫੀ ਚਾਹੁੰਦਾ, ਤੇ ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਧੱਕੇ ਵੱਜੇ, ਹੁਣ ਅਸੀਂ ਇੱਥੇ ਬੈਠੇ ਹਾਂ ਤੁਸੀਂ ਗੱਲ ਕਰ ਰਹੇ ਹੋ, ਅਸੀਂ ਕੀ ਮਤਲਬ ਸਾਡੇ ਕੋਲ ਵੇਖ ਲਓ ਕੁਛ ਵੀ ਨਹੀਂ ਹੈਗਾ ਇਸ ਵੇਲੇ, ਵੀ ਨਾਲੇ ਇਸ ਤਰੀਕੇ ਨਾਲ ਹੁੱਲੜਬਾਜ਼ੀ ਨਾਲ ਜਾਂ ਆਪਾਂ ਕੋਈ ਭੰਨ ਤੋੜ ਕਰਾਂਗੇ ਉਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਸਾਡਾ ਸਵਾਲ ਹੈ ਕਿ ਦਿੱਲੀ ਆਪਣੇ ਕਿਸਾਨ ਜਿਹੜੇ ਸੀ 13 ਫਰਵਰੀ ਨੂੰ ਜਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਵੀ ਸਾਨੂੰ MSP MSP ਖਰੀਦ ਗਰੰਟੀ ਕਾਨੂੰਨ ਜੇ ਦਿੱਤਾ ਜਾਵੇ, MSP ਤਾਂ ਹੈ ਹੀ ਆ, ਪਰ ਉਹਦਾ ਖਰੀਦਣ ਦਾ ਜਿਹੜਾ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੀ ਘੱਟੋ ਘੱਟ ਫਸਲ ਜਿਹੜੀ ਹੈ ਜਿਹੜਾ ਤੁਸੀਂ ਰੇਟ ਦੇ ਰਹੇ ਹੋ ਉਹਦੇ ਅਨੁਸਾਰ ਵਿਕੇ। ਦੂਜੀ ਸੀ ਕਿ ਸ਼ੁਭ ਕਰਨ ਸਿੰਘ ਜਿਹੜਾ ਨੌਜਵਾਨ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਸ਼ਹੀਦ ਕਰ ਦਿੱਤਾ 21 ਫਰਵਰੀ ਨੂੰ, ਦੱਸੋ ਲੋਕ ਰਾਜ ਮਤਲਬ ਅਜਾਇਬ ਦਿੰਦਾ ਕਿ ਅਸੀਂ ਉਹ ਕਿਸਾਨ ਜਿਹੜਾ ਮਿਹਨਤ ਕਰਨ ਵਾਲਾ ਕਿ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਵੇ ਤੇ ਗੋਲੀ ਮੁੜ ਕੇ ਮਤਲਬ FIR ਨਹੀਂ ਨਾ ਤੁਸੀਂ ਹੋਣ ਦਿਓ। ਇਸ ਕਰਕੇ ਸਾਡੀ ਬੇਨਤੀ ਹੈ ਕਿ ਉਹ ਗੋਲੀਆਂ ਕੀ ਆਉਣ ਵਾਲੇ ਸਮੇਂ 'ਚ ਤੁਹਾਡੀ ਸਰਕਾਰ ਮਾਰੂਗੀ ਕਿਸਾਨਾਂ ਨੂੰ ਕਿ ਜਾਂ ਉਹਨਾਂ ਦੀ ਹਿਫਾਜ਼ਤ ਕਰੂ। ਤੀਜਾ ਸਵਾਲ ਸੀ ਕਿ MSP ਦੀ ਗਰੰਟੀ ਕਾਨੂੰਨ ਜਿਹੜਾ ਸਰਕਾਰ ਮੰਨੀ ਸੀ 2021 ਦੇ ਵਿੱਚ ਜਦੋਂ ਆਪਾਂ ਉੱਠੇ ਹਾਂ
ਦਿੱਲੀ ਦੇ ਉੱਤੋਂ ਮੋਦੀ ਸਾਹਿਬ ਨੇ ਮਤਲਬ ਖੇਤੀਬਾੜੀ ਮੰਤਰੀ ਸਾਹਿਬ ਨੇ ਦਿੱਤੀ ਸਾਨੂੰ ਦਿੱਤੀ ਹੋਈ ਆ ਸ਼ੇਰ ਵਾਲੀ ਚਿੱਠੀ ਕਿ ਇਹ ਤੁਹਾਡੀਆਂ ਜਿਹੜੀਆਂ ਆਪਾਂ ਮੰਗਾਂ ਜਿਹੜੀਆਂ ਇਹ ਜ਼ਰੂਰ ਲਾਗੂ ਕਰਾਂਗੇ। ਪਰ ਅਜੇ ਤੱਕ ਉਹ ਖਰੀਦ ਗਰੰਟੀ ਉਲਟਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋਰ ਮਾੜੀ ਹੋਣੀ ਆ, ਉਹਨਾਂ ਨੂੰ ਭਾਅ ਨਹੀਂ ਮਿਲਣੇ, ਮੰਡੀ ਦਾ ਜਿਹੜਾ ਸਿਸਟਮ ਆ ਉਹਦੇ ਨਾਲ ਕਿੰਨਾ ਰੁਜ਼ਗਾਰ ਜਿਹੜਾ ਉਹ ਖਤਮ ਹੋਣਾ, ਇਹ ਹੈ ਸਾਡੇ। ਬਾਕੀ ਸਾਡੇ ਸਵਾਲ ਜਿਹੜੇ ਅਗਲੇ ਕਰਦੇ ਨਫ਼ਰਤ ਪੈਦਾ ਕਰਕੇ ਥੋੜਾ ਹੱਲ ਹੋਣਾ, ਬਹਿ ਕੇ ਹੱਲ ਕਰਦੇ ਹਾਂ ਕਰਕੇ। ਤੁਸੀਂ ਵੀ ਰੋਜ਼ ਗਰਮੀ ਦਾ ਤੰਗ ਹੁੰਦੇ ਹੋ, ਅਸੀਂ ਵੀ ਕੋਈ ਏਦਾਂ ਦਾ ਗੱਲ ਕਰੋ ਕਿ ਆਪਾਂ ਜਿਹੜਾ ਚੁਣਾਵ ਹੋ ਤੇ ਦੇਖੋ ਅੱਜ ਤਾਂ ਕੁਛ ਨੀ ਹੋਣਾ, ਅੱਜ ਤੇ ਕੁਛ ਨੀ ਹੋਣਾ, ਦੇਖੋ ਹੁਣ ਤੇ ਜੋ ਵੀ ਹੋਣਾ ਚੁਣਾਵ ਦੇ ਬਾਅਦ ਹੋਣਾ। ਬੱਬੂ ਜੀ 2021 ਦਾ ਫੈਸਲਾ ਹੋਇਆ ਵਾ, ਅਸੀਂ ਅੱਗੇ ਵੀ ਕਿਸਾਨਾਂ ਨਾਲ ਖੜੇ ਹੁੰਦੇ ਰਿਹਾ। ਇਸ ਕਰਕੇ ਤੁਹਾਡਾ ਅੱਗੇ ਬੇਨਤੀ ਹੈ ਵੀ ਏਦਾਂ ਆਪਾਂ ਨਾ ਬਣਾਈਏ ਆਪਣਾ ਭਾਈਚਾਰਾ ਖਰਾਬ ਹੋਏ, ਅਸੀਂ ਤੁਹਾਡੇ ਹਾਂ, ਕੋਈ ਅੱਛੀ ਗੱਲ ਨਹੀਂ। ਇਧਰੋਂ ਭੱਜ ਕੇ ਤਾਂ ਪਤਾ ਇੱਧਰ ਕਿਸਾਨ ਆ ਅੱਗੇ ਬੜੇ ਹੋ ਸਾਈਡ ਹੋ ਸਾਈਡ ਹੋ ਸਾਈਡ ਹੋ ਜਾਓ। ਹੋਇਆ ਕੀ ਆ, ਆਪਾਂ ਐਸਕੇਐਮ ਦੀ ਕਾਲ ਜੋ ਐਸਕੇਐਮ ਭਾਰਤ ਦੀ ਕਾਲ ਸੀ ਕਿ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡਿਆਂ ਨਾਲ, ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆ ਨਾ ਸਾਨੂੰ ਇਸ਼ੂ ਕੀਤੇ ਆ ਉਹ ਪੁੱਛਣ ਲਈ ਅਸੀਂ ਆਏ ਹਾਂ ਅੱਜ। ਅਤੇ ਪਹਿਲਾਂ ਸਾਡੇ ਨਾਲ ਗੱਲ ਹੋਈ ਆ, ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਆ ਵੀ ਇਹ ਉੱਥੇ ਆ ਕੇ ਅਤੇ ਸਵਾਲਾਂ ਦੇ ਜਵਾਬ ਦੇਣਗੇ, ਤੁਸੀਂ ਬਿਜਲੀ ਘਰ ਲਾਗੇ ਬਹਿ ਜਾਓ। ਅਸੀਂ ਬਿਜਲੀ ਘਰ ਲਾਗੇ ਕੱਟ ਕੀਤਾ, ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਸੀ ਜਿਹੜੇ ਐਸ ਪੀ ਸੀ ਉਹਨਾਂ ਕਹਿ ਦਿੱਤਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ। ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ 'ਚੋਂ ਹੀ ਨਿਕਲਿਆ ਅਤੇ ਪ੍ਰਧਾਨ ਹੋਣੀ ਅਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ, ਫਿਰ ਡਾਂਗ ਸੁੱਟੇ ਵੀ ਚੱਲੇ ਇੱਥੇ ਪਹੁੰਚ ਗਏ। ਨਹੀਂ ਧੱਕਾ ਮੁੱਕੀ ਦੇਖੋ, ਡਾਂਗਾਂ ਤਾਂ ਉਹਨਾਂ ਮਾਰੀਆਂ, ਇਹ ਤਾਂ ਚੱਲ ਕੇ ਆਏ ਹਾਂ। ਜਦੋਂ ਉਹਨਾਂ ਕਹਿ ਦਿੱਤਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਅਤੇ ਫਿਰ ਅਸੀਂ ਤਾਂ ਇੱਥੇ ਤੱਕ ਆਉਣਾ ਸੀ ਨਾ, ਡਾਂਗਾਂ ਤਾਂ ਉਹਨਾਂ ਮਾਰੀਆਂ ਵਾ। ਤੁਸੀਂ ਇੱਥੇ ਵੇਖਿਆ ਹੀ ਆ ਮਾਹੌਲ, ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ। ਜੇ ਜਾਪਤਾ ਨਹੀਂ ਸੀ ਤਾਂ ਇੱਦਾਂ ਖੜ ਕੇ ਜਵਾਬ ਦੇ ਸਕਦੇ? ਨਾ ਸਵਾਲ ਪੂਰੇ ਹੋਏ ਨਾ ਕੋਈ ਜਵਾਬ ਮਿਲਿਆ, ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ। ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਹਾਂ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ, ਸਾਨੂੰ ਕਿਉਂ ਰੋਕਿਆ, ਤੁਸੀਂ ਅੱਗੇ ਕਿੱਲਾਂ ਕਿਉਂ ਕੱਢੀਆਂ, ਉਹਦੇ ਕੀ ਜਵਾਬ ਦੇਣਗੇ? ਅੱਜ ਅਸੀਂ ਪਿੰਡਾਂ ਦੇ ਵਿੱਚ ਜੇ ਕਿੱਲ ਕੱਢ ਦਿੰਦੇ ਹਾਂ, ਲਾਠੀਚਾਰਜ ਕਰ ਦਿੰਦੇ ਹਾਂ ਇਹਨਾਂ 'ਤੇ, ਤਾਂ ਫਿਰ ਤਾਂ ਅਸੀਂ ਵੀ ਜਵਾਬ ਨਹੀਂ ਨਾ ਦੇ ਸਕਦੇ, ਕਿਉਂਕਿ ਅਸੀਂ ਵੀ ਇਹਨਾਂ ਵਰਗੇ ਹੋ ਜਾਵਾਂਗੇ। ਇਸ ਕਰਕੇ ਅਸੀਂ ਸ਼ਾਂਤਮਈ ਹੀ ਪੁੱਛਦੇ ਹਾਂ ਇਹਨਾਂ ਨੂੰ, ਪਰ ਇਹ ਕੀ ਜਵਾਬ ਦੇਣ? ਔਰ ਅੱਜ ਮੈਂ ਤਾਂ ਇੱਕ ਹੋਰ ਗੱਲ ਕੀਤੀ ਆ, ਪੱਤਰਕਾਰਾਂ ਨਾਲ ਵੀ ਗੱਲ ਕੀਤੀ ਆ ਕਿ ਲਖੀਮਪੁਰ ਖੀਰੀ ਦੇ ਵਿੱਚ 4 ਕਿਸਾਨਾਂ ਦੇ ਨਾਲ ਇੱਕ ਪੱਤਰਕਾਰ ਸ਼ਹੀਦ ਹੋਇਆ, ਮੈਂ ਉਹਦੇ ਘਰ ਵੀ ਗਿਆ। ਔਰ ਪੱਤਰਕਾਰਾਂ ਨੂੰ ਵੀ ਜਿੱਦਾਂ ਤੁਸੀਂ ਸਾਡੀ ਆਵਾਜ਼ ਚੁੱਕਦੇ ਜੇ, ਬਹੁਤ ਤਕੜੀ ਆਵਾਜ਼ ਚੁੱਕਣੀ ਚਾਹੀਦੀ। ਪੱਤਰਕਾਰਾਂ ਨੂੰ ਵੀ ਬੀਜੇਪੀ ਨੂੰ ਪਨਿਸ਼ ਕਰਨਾ ਚਾਹੀਦਾ ਵਾ, ਕਿਉਂਕਿ ਉਹਨਾਂ ਦਾ ਵੀ ਇੱਕ ਸਾਥੀ ਇਹਨਾਂ ਸ਼ਹੀਦ ਕੀਤਾ ਵਾ, ਗੱਡੀਆਂ ਚੜਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ। ਨਾਮ ਬਚਨ ਸਿੰਘ ਹੈ ਜੀ। ਕਿੰਨਾ ਚਿਰ ਇਹ ਪ੍ਰੋਗਰਾਮ ਚੱਲੂਗਾ? ਇਹ ਪ੍ਰੋਗਰਾਮ 1 ਜੂਨ ਤੱਕ ਚੱਲੇਗਾ, ਅਤੇ ਪਿੰਡਾਂ ਦੇ ਵਿੱਚ ਅਸੀਂ ਬੋਰਡ ਲਾਏ, ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ, ਇਹ ਦਿੱਲੀ ਨਹੀਂ ਵੜਨ ਦਿੰਦੇ।
ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਇਹਨਾਂ ਦਾ ਪੂਰਾ ਵਿਰੋਧ ਕਰਾਂਗੇ। ਸ਼ਹਿਰਾਂ ਦੇ ਵਿੱਚ ਤਾਂ ਫੋਰਸੇ ਨਹੀਂ ਲੈ ਕੇ ਜਾਣਗੇ, ਪਿੰਡਾਂ ਵਿੱਚ ਕਿੱਥੋਂ ਫੋਰਸ ਲੈ ਆਉਣਗੇ। ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਸਮੁੱਚੇ ਤੌਰ 'ਤੇ ਕਰਾਂਗੇ। ਭਾਜਪਾ ਦਾ ਜੋ ਸੰਯੁਕਤ ਮੋਰਚੇ ਦਾ ਫੈਸਲਾ ਆ, ਅਤੇ ਇਹਨਾਂ ਨੂੰ ਲੋਕਾਂ ਨੂੰ ਇਹ ਗੱਲ ਕਹਾਂਗੇ ਕਿ BJP ਹਰਾਓ ਅਤੇ ਦੇਸ਼ ਬਚਾਓ। ਵੇਖੋ ਜੀ, ਸਾਡਾ ਇਹ ਕੋਈ ਟੀਚਾ ਨਹੀਂ ਹੈਗਾ, ਸਾਡੀਆਂ ਤਾਂ ਨੇ ਮੰਗਾਂ ਵੀ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ। ਜੇ ਨਹੀਂ ਮੰਗਾਂ ਕਰਦੀ ਪੂਰੀਆਂ, ਸਾਡਾ ਰੋਸ ਆ, ਇਹ ਜਾਰੀ ਰਹੂਗਾ। ਕਿਉਂਕਿ ਬਹੁਤ ਸਾਰੀਆਂ ਸਾਡੇ ਮੰਗਾਂ ਜਿਹੜੀਆਂ ਇਹ ਪਿਛਲੇ 10 ਸਾਲ ਤੋਂ ਸੱਤਾ 'ਤੇ ਬੈਠੀ ਹੋਈ ਹੈ ਭਾਜਪਾ ਸਰਕਾਰ, ਇਹਨੇ ਇੱਕ ਵੀ ਸਾਡੀ ਮੰਗ ਕਿਸਾਨਾਂ ਦੀ, ਲੋਕਾਂ ਦੀ ਜਿਹੜੀ ਉਹ ਪੂਰੀ ਨਹੀਂ ਕੀਤੀ। ਇਹ ਸਾਰੇ ਮਤਲਬ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਸਰਕਾਰ ਭੁਗਤ ਰਹੇ ਆ। ਅੱਜ ਬੱਬੂ ਨਾਲ ਸਾਡੀ ਜਿਹੜੀ ਸੀ 11 ਸਵਾਲ ਸੀ SKM ਦੇ, ਉਹ ਅਸੀਂ ਪੁੱਛੇ ਆ। 5-6 ਸਵਾਲਾਂ ਦੇ ਜਵਾਬ ਉਹ ਜਿਹੜੇ ਆਪਾਂ ਪੁੱਛੇ ਆ, ਉਹ ਜਵਾਬ ਵੀ ਪੂਰੇ ਨਹੀਂ ਦੇ ਸਕੇ। ਸਾਡੇ ਬਾਕੀ ਜਿਹੜੇ ਆਗੂ ਸੀ ਉਹਨਾਂ ਨੇ ਅਜੇ ਸਵਾਲ ਪੁੱਛਣੇ ਸੀ, ਉਹ ਸਵਾਲਾਂ ਤੋਂ ਮਤਲਬ ਵਿੱਚੇ ਛੱਡ ਕੇ ਜਿਹੜੇ ਉਹ ਚਲੇ ਗਏ ਆ। ਇਹ ਸਾਰੇ ਕਹਿੰਦੇ ਆ ਜਿਹੜੇ ਵੀ ਮਤਲਬ ਅੱਗੇ ਆਉਂਦੇ ਆ, ਉਹ ਸਾਰੇ ਕਹਿੰਦੇ ਆ ਕਿਸਾਨ ਦਾ ਪੋਤੀ ਆ। ਜੇ ਕਿਸਾਨ ਦਾ ਪੋਤੇ ਤਾਂ ਫਿਰ ਅੱਜ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਿਹਾ? ਜੇ ਕਿਸਾਨ ਦਾ ਪੋਤਿਆ ਫਿਰ ਕਿਸਾਨ ਦੀ ਸੁਣੋ ਆਵਾਜ਼, ਫਿਰ ਆ ਕਿਸਾਨਾਂ ਦੇ ਵਾਸਤੇ ਇੰਨੀ ਪੁਲਿਸ ਸਾਰੇ ਜ਼ਿਲ੍ਹੇ 'ਚੋਂ ਲਿਆ ਕੇ ਇੱਥੇ ਇਕੱਠੀ ਕਰਤੀ ਆ, ਇਹ ਕਿਉਂ ਕਰਨੀ ਪਈ? ਇਸ ਕਰਕੇ ਵੀ ਸਾਡੀ ਆਵਾਜ਼ ਜਿਹੜੀ ਆ, ਸਾਡੀ ਮੰਗ ਉਹ ਨਹੀਂ ਸੁਣਨਾ ਚਾਹੁੰਦੀਆਂ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਜਿਹੜਾ ਸਵਾਲਾਂ ਜਵਾਬਾਂ ਵਾਲਾ ਤਿੱਖਾ ਹੋਊਗਾ SKM ਵੱਲੋਂ।